ਮੈਂ ਐਲਬਰਟ ਦੁਆ ਆਪਣੇ ਤਮਾਮ ਭਾਰਤ ਦੀ ਕ੍ਰਿਸਚੀਅਨ ਕਮਿਊਨਿਟੀ ਦਾ ਅਤੇ ਰਾਸ਼ਟਰੀ ਈਸਾਈ ਮਹਾਸੰਘ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਰਾਸ਼ਟਰੀ ਸੰਗਠਨ ਮੰਤਰੀ ਦਾ ਅਹੁਦਾ ਦੇ ਕੇ ਨਵਾਜਿਆ ਹੈ ਅਤੇ ਮੈਂ ਆਪਣੀ ਕਮਿਊਨਿਟੀ ਦੇ ਨਾਲ ਇਹ ਕਮਿਟਮੈਂਟ ਕਰਦਾ ਹਾਂ ਕਿ ਜੇ ਉਹਨਾਂ ਨੇ ਇਹ ਵੱਡੀ ਜ਼ਿੰਮੇਵਾਰੀ ਮੈਨੂੰ ਨੈਸ਼ਨਲ ਲੈਵਲ 'ਤੇ ਸੌਂਪੀ ਹੈ ਮੈਂ ਇਹਨੂੰ ਪੂਰੇ ਤਹਿ ਦਿਲੋਂ ਨਿਭਾਊਂਗਾ ਤਾਂ ਕਿ ਜੋ ਗੱਲਾਂ ਤੋਂ ਅੱਜ ਤੱਕ ਸਾਡੀ ਕਮਿਊਨਿਟੀ ਪਿੱਛੇ ਰਹੀ ਹੈ ਅਸੀਂ ਵੱਡੀਆਂ ਪਾਰਟੀਆਂ ਦੇ ਨਾਲ ਮਿਲ ਕੇ ਸਟੇਟ ਦੀਆਂ ਪਾਰਟੀਆਂ ਦੇ ਨਾਲ ਮਿਲ ਕੇ ਅਤੇ ਕੰਟਰੀ ਦੀਆਂ ਪਾਰਟੀਜ਼ ਦੇ ਨਾਲ ਮੀਟਿੰਗ ਕਰਕੇ ਜੋ ਸਾਡੇ ਰਾਈਟਸ ਬਣਦੇ ਨੇ ਇੰਡੀਆ ਦੇ ਵਿੱਚ ਰਹਿਣ ਦੇ ਸਾਡੀ ਕ੍ਰਿਸਚੀਅਨ ਕਮਿਊਨਿਟੀ ਦੇ ਵੋਟ ਦੇ ਆਧਾਰ 'ਤੇ ਉਹ ਰਾਈਟਸ ਉਹਨਾਂ ਨੂੰ ਹਾਸਲ ਦਿਵਾਵਾਂਗੇ ਅਤੇ ਕਮਿਊਨਿਟੀ ਨੂੰ ਸੋਸ਼ਲ ਅਤੇ ਪੋਲੀਟੀਕਲ ਲੈਵਲ 'ਤੇ ਉੱਤੇ ਲੈ ਕੇ ਆਵਾਂਗੇ। ਉਹਦੇ ਲਈ ਜਲਦੀ ਬਾਡੀਆਂ ਬਣਾਈਆਂ ਜਾ ਰਹੀਆਂ ਨੇ ਵਾਰਡ ਲੈਵਲ ਦੇ ਉੱਤੇ, ਡਿਸਟ੍ਰਿਕਟ ਲੈਵਲ ਦੇ ਉੱਤੇ ਅਤੇ ਸਟੇਟ ਲੈਵਲ ਦੇ ਉੱਤੇ, ਤਾਂ ਕਿ ਉਹ ਲੋਕ ਆਪਣੇ ਐਡਮਿਨਿਸਟ੍ਰੇਸ਼ਨ ਦਾ ਨਾਲ ਰਾਬਤਾ ਸਾਧ ਕੇ ਆਪਣੇ ਲੋਕਾਂ ਦੇ ਕੰਮ ਕਰਾ ਸਕਣ।